ਕਿੱਡੀ ਸੋਹਣੀ ਕੁੜੀ, ਐਡੀਆਂ ਸੋਹਣੀਆਂ ਅੱਖਾਂ, ਕਿੱਡੀ ਵੱਡੀ ਧੁੰਨੀ ਛੋਟੀ ਐ। ਬਕਵਾਸ ਨਾ ਕਰ, ਮਾਈ ਦੀ ਸੋਹਣੀ ਕੁੜੀ ਨੂੰ ਧੀਕ ਵਾਤਾ, ਅੱਲਾ ਕਰੇ ਤੇਰੀ ਲਿੱਤ ਬੰਦ ਹੋ ਜਾ ਮਾਈ ਦਾ, ਤੇਰਾ ਕੱਖ ਨੀ ਰਹਿਣਾ ਮਾਈ ਬਈ। ਸੋਹਣੀ ਜੁੱਤੀ ਪਾਈ, ਪਤਾ ਨੀ ਕਿਹੜਾ ਸਾਈਕਲ ਵਿਕਿਆ, ਉਹ ਕੱਖ ਨੀ ਰਹਿਣਾ ਮਾਈ, ਤੇਰੇ ਕੱਪੜੇ ਚੋਰੀ ਹੋ ਜਾਣ, ਤੂੰ ਨਿੱਕਰ ਪਾ ਕੇ ਫਿਰੇ ਜਾ, ਤੇਰਾ ਕੱਖ ਨੀ ਰਹਿਣਾ। ਕੀ ਹੋਇਆ, ਮੇਰੇ ਗੋਡੇ ਤੇ ਸੱਟ ਲੱਗ ਗਈ, ਬੜੀ ਪੀੜ ਹੋ ਰਹੀ ਹੈ। ਕਿਉਂ, ਮੈਂ ਤੁਹਾਡੀ ਮਾਲਿਸ਼ ਕਰ ਦਿੰਦਾ, ਇੱਥੇ ਆਓ। ਬਗੈਰਤੀ ਸ਼ੁਰੂ ਕੀਤੀ, ਅੱਲਾ ਨੇ ਤੁਹਾਨੂੰ ਤੁਹਾਡੇ ਬੱਚਿਆਂ ਦਾ ਰਜ਼ਕ ਦਿੱਤਾ, ਤੁਸੀਂ ਆਪਣਾ ਬਣਾ ਲਿਆ। ਛੱਡ ਦਿਓ ਇਹਨਾਂ ਗੱਲਾਂ ਨੂੰ, ਤੁਹਾਡਾ ਬੇੜਾ ਗਰਕ ਹੋਵੇ, ਜਦੋਂ ਦੀਆਂ ਤੁਸੀਂ ਆਈਆਂ ਕਮੀਜ਼ਾਂ ਚੁੱਕ ਪ੍ਰੋਗਰਾਮ, ਸਾਡਾ ਬੇੜਾ ਗਰਕ ਹੋ ਗਿਆ। ਕਮੀਜ਼ ਤੇ ਨਹੀਂ ਚੁੱਕੀ ਮੈਂ, ਅਗਲੇ ਗਾਣੇ 'ਚ ਚੁੱਕਣੀ ਨਹੀਂ, ਤੁਹਾਡਾ ਬੇੜਾ ਗਰਕ ਪਿੱਛੋਂ ਪਛਤੋ ਗਾਣੇ ਸੁਣਦੇ ਰਹੀਦਾ। ਕੱਖ ਨਹੀਂ ਰਹਿਣ ਦਿੱਤਾ ਇਹਨਾਂ ਕੁੜੀਆਂ ਨੇ, ਯਕੀਨ ਕਰ ਲਓ। ਪਹਿਲੇ ਉਹ ਮਾਈ ਸੀ, ਜਵਾਨ ਹੁੰਦੀ ਸੀ, ਟੋਪੀ ਵਾਲਾ ਬੁਰਖਾ ਪਾ ਕੇ ਨੱਚਦੀ ਹੁੰਦੀ, ਬੁੰਮ ਬੁੰਮ, ਅਤੇ ਉਦੋਂ ਐਕਟਰਾਂ ਦੀ ਇੱਜ਼ਤ ਹੁੰਦੀ, ਚਲੋ ਅੱਛੇ ਡਰਾਮੇ ਤੇ ਹੁੰਦੇ। ਸਾਈਕਲ 'ਤੇ ਜਿਹੜਾ ਅਗਲੇ ਰੋਕ ਕੇ ਕਹਿੰਦੇ ਸੀ ਬੋਤਲ ਹੀ ਪੀ ਲਓ, ਆ ਕੁੜੀਆਂ ਹੁਣ ਕਮੀਜ਼ਾਂ ਚੁੱਕਦੀਆਂ ਨੂੰ ਗੱਡੀ 'ਤੇ ਵਜਾਏ ਤਾਂ ਅਗਲੇ ਰੋਕ ਕੇ ਕਹਿੰਦੇ, ਆ ਸੈਮਾ ਦਾ ਨੰਬਰ 'ਤੇ ਨਹੀਂ, ਲੋਕ ਦੱਲੇ ਹੁੰਦੇ ਸੀ, ਦਗੜ ਦੱਲੇ ਬਣ ਗਏ। ਬੇੜੇ ਗਰ ਕਰਦੇ ਹੁਣ ਤਾਂ ਸ਼ਰਮਿੰਦਗੀ ਹੁੰਦੀ, ਕਹਿਣ ਲੱਗਿਆ ਯਾਰ ਅਸੀਂ ਡਰਾਮੇ ਕਰਦੇ ਹਾਂ। ਹੋਰ ਗੱਲਾਂ ਕਰਨੇ, ਕੁੜੀਆਂ ਇੰਜ ਕਮੀਜ਼ਾਂ ਲੈਂਦੀ, ਕੁੜੀਆਂ ਇੰਜ ਗਾਣੇ ਕਰਦੇ, ਤੂੰ ਜਿਹੜੇ ਗੰਦੇ ਗਾਣੇ ਵੇਖਣਾ ਜਾ ਕੇ। ਹਾਂ, ਉਹ ਤਾਂ ਮੈਂ ਕੁੜੀਆਂ ਨੂੰ ਸਮਝਾਉਣ ਜਾਣਾ, ਤੂੰ ਅੱਬਾ ਉਹਨਾਂ ਦਾ, ਉਹ ਜੋ 10-10 ਹਜ਼ਾਰ ਕੱਪੜੇ ਤੇ ਲਾਉਂਦੀਆਂ ਸੌਂਦੀਆਂ ਨਵੇਂ, ਮੈਂ ਉਹਨਾਂ ਕਿਹਾ ਨਵੇਂ ਨਾ ਸਵਾ, ਉੱਪਰ ਆ ਕੇ ਵੀ ਤਾਂ ਲਾਉਣੇ ਹੀ ਹੁੰਦੇ, ਬਾਹਰੋਂ ਹੀ ਆ, ਖੂਨ ਨਾ ਛਾਪੇ ਪਵਾਓ, ਕੰਧਾਂ ਟਪਾਓ। ਹੋਰ ਸੁਣਾਓ, ਜਾ ਕੰਮ ਕਰ, ਜਾ ਕੇ ਮਾਈਏ ਉਹੀ ਕੰਮ ਕਰ, ਤੇਰੇ ਨਾਲ ਮੈਂ ਪਿਆਰ ਕਰਨਾ ਮਾਈ, ਕਿਉਂਕਿ ਤੇਰੀ ਉਮਰ ਜ਼ਿਆਦਾ, ਤੈਨੂੰ ਤਜਰਬਾ ਬੜਾ ਹੀ। ਬੇੜਾ ਗਰ ਕਰਨਾ, ਕੱਖ ਨਹੀਂ ਰਹਿ ਦਿੱਤਾ, ਮੈਨੂੰ ਤੀਕ ਵਾ ਦਿੱਤਾ। ਆ ਭਾਜੀ, ਤੁਹਾਡੀ ਮੇਰੀ ਗੱਲ ਮੰਨ ਲਿਓ, ਕਿਸੇ ਡਰਾਮੇ ਵਾਲੀ ਕੁੜੀ ਨਾਲ ਵਿਆਹ ਨਾ ਕਰੇ, ਜਦੋਂ ਵੀ ਕਰਨਾ ਕਿਸੇ ਸ਼ਰੀਫ ਕੁੜੀ ਨਾਲ ਵਿਆਹ ਕਰੋਗੇ, ਤੁਸੀਂ ਕੰਮ 'ਤੇ ਜਾਓਗੇ, ਸਾਡੀ ਭੈਣ ਪਿੱਛੋਂ ਦੁਆ ਕਰਕੇ ਯਾਰ ਲਾ ਮੇਰਾ ਬੰਦਾ ਕੰਮ 'ਤੇ ਗਿਆ, ਖੈਰ ਖਰੀਅਤ ਨਾ ਆਵੇ। ਔਰ ਡਰਾਮੇ ਵਾਲੀ ਕੁੜੀ ਨਾਲ ਵਿਆਹ ਕਰ ਲਓਗੇ, ਤੁਸੀਂ ਕੰਮ 'ਤੇ ਜਾਣੇ ਨੇ, ਪਿੱਛੋਂ ਦੁਆ ਕਰਨੀ ਯਾਰ ਲਾ ਕਿਤੇ ਉੱਤੋਂ ਹੀ ਨਾ ਆ ਜੇ। ਤੋਬਾ ਕੀ, ਆਉਣੀ ਸੋਹਣੀ ਲੱਗਣੀ ਹੈ, ਡਰਾਮੇ ਵਾਲੀ ਕੁੜੀਆਂ ਦੀਆਂ ਭੈੜੀਆਂ ਨਹੀਂ ਹੁੰਦੀਆਂ, ਇਸ਼ਕ ਵੀ ਤੁਸੀਂ ਕਰਦੇ ਡਰਾਮੇ ਵਾਲੀ ਕੁੜੀਆਂ ਨਾਲ, ਕਿਤੇ ਇਸ਼ਕ ਕਰਦੇ ਆ, ਮਰ ਜਾਵੇ ਚੂਸਰੀ ਵਰਗਾ ਮੂੰਹ ਹੋ ਜਾਂਦਾ ਤੁਹਾਡਾ ਇਸ਼ਕ ਕਰ ਕਰਕੇ। ਤੁਸੀਂ ਤੇ ਕੀਤਾ ਕਿ ਨਹੀਂ ਵੀ ਤੇ ਦੱਸਣਾ, ਜਿਨ੍ਹਾਂ ਨਾਲ ਇਸ਼ਕ ਕਰਦੇ ਹੋ। ਮਾਈਏ ਤੇਰਾ ਬੇੜਾ ਕਰੋ, ਮੇਰਾ ਹੀ ਬੇੜਾ ਕਰ ਕਰੀ, ਮੇਰਾ ਹੀ ਖਾਨਾ ਖਰਾਬ ਕਰੀ, ਅੱਲਾ ਕਰੇ ਤੈਨੂੰ ਮੰਗਣਾ ਸ਼ੁਰੂ ਹੋ ਜਾਣਗਾ, ਤੇਰਾ ਕੱਖ ਨਹੀਂ ਰਹਿਣਾ, ਆਇਆ ਤੇਰਾ ਕੱਖ ਨਹੀਂ ਰਹਿਣਾ। ਮਾਈਏ ਆਇਆ, ਤੂੰ ਵੀ ਖਾਲੀ ਬੱਸਾਂ ਲੁੱਟਣ ਵਾਲਿਆ, ਪੁੱਤਰ ਭਰੀਆਂ ਲੁੱਟ ਕੇ ਮਾਰ ਖਾਣੀ ਹੈ। ਮੇਰਾ ਚਾਚਾ ਐ ਰਹੀ ਆ ਬਜ਼ੁਰਗ ਹਸੀਨਾ, ਆ ਰੋਬੋ ਨੀਲ ਜਿਹੜੀ ਕੁੜੀ ਆ, ਇਹਨੂੰ ਧੀਕ ਵਾਤਾ ਈ ਮੇਰੇ, ਇਹਨੂੰ ਕੀ ਹੋਇਆ, ਤੈਨੂੰ ਤੇ ਨੀ ਨਾ ਪੁੱਤਰ ਗਿਆ, ਔਰਤਾਂ ਦਾ ਬੇੜਾ ਗਰਕ ਹੋ ਜਾਣਾ, ਇਹਨਾਂ ਫੜ ਕੇ ਨਿਜ਼ਾਮ ਤਬਾਹ ਕਰ ਛੜਿਆ। ਚੰਗੇ ਭਲੇ ਅੱਗੇ ਡਰਾਮੇ ਚੱਲਦੇ ਹੁੰਦੇ ਸਨ, ਲੋਕੀ ਆ ਕੇ ਬੁੱਗੀ ਤੇ ਪੁੱਛਦੇ, ਹਾਂਜੀ ਤਾਰਕ ਡੈਡੀ ਹੈ, ਮਸਤਾਨਾ ਹੈ, ਹੁਣ ਸਿੱਧਾ ਆ ਕੇ ਪੁੱਛਦੇ ਨੇ, ਉਹ ਵਿਖਾਉਂਦੀਆਂ ਨੇ। ਮੈਨੂੰ ਤੇ ਗੁੱਸਾ ਚੜਨ ਡੇ, ਇਹ ਡਰਾਮੇ ਦੇ ਕਮੀਜ਼ਾਂ ਲਾਉਂਦੀਆਂ ਨਾ, ਜਦੋਂ ਗੁੱਸਾ ਚੜ ਗਿਆ ਨਾ ਤੇ ਮੈਂ ਧੋਤੀ ਚੁੱਕ ਦੇਣੀ ਹੈ, ਇਹਨਾਂ ਨੂੰ ਪੈਸੇ ਹੁੰਦੇ ਨੇ, ਮੈਨੂੰ ਵੱਧ ਤੋਂ ਵੱਧ ਖੰਜਰ ਹੀ ਵੱਜਣ ਗਿਆ। ਔਰ ਨਾ ਚੁੱਕੀ ਉਹ ਧੋਤੀ, ਇਹਦੇ ਕਮੀਜ਼ਾਂ ਚੁੱਕਦੀਆਂ ਨੇ, ਉਹਨੂੰ ਨਾਮ ਹੁੰਦੇ ਨੇ ਕਲੈਪਿੰਗ ਹੁੰਦੀ, ਤੂੰ ਧੋਤੀ ਚੁੱਕਣੀ ਵਿੱਚ ਬੰਦਿਆਂ ਨੇ ਕਹਿਣਾ ਚਾਚਾ ਕਦੇ ਹਮਾਮ 'ਤੇ ਵੀ ਚੱਲ ਜਾ ਕਰ, ਕਿ ਸਿੱਖਾਂ ਦਾ ਮੁੰਡਾ ਬਣ ਕੇ ਫਿਰਦੇ ਆ, ਕਿੱਥੇ ਚੱਲੀ, ਚਲੋ ਜਾਓ ਅੰਦਰ। ਹੋਰ ਤੇਰਾ ਬੇੜਾ ਗਰਕ ਹੋਣਾ ਭਾਈ, ਮੇਰਾ ਹੀ ਬੇੜਾ ਗਰਕ ਹੋਏ, ਇਹਦੀ ਅੱਗੇ ਮੈਨੂੰ ਹਮਾਮ ਵਾਲਾ ਸ਼ਿਕਾਇਤ ਕਰਨ ਦੇ ਆ, ਕਿ ਉਹਦਾ ਹਰੀ ਟੰਡੀ ਵਾਲਾ ਉਸਤਰਾ ਚੁੱਕ ਲਿਆਈ ਹੈ। ਮਾਈ ਤੇਰਾ ਕੱਖ ਨਹੀਂ ਰਹਿਣਾ, ਇਹੋ ਜਿਹੀ ਇਹੋ ਜਿਹੀ ਔਰਤਾਂ ਹਮਾਮ ਤੇ ਵੀ ਨਾਮ ਪੁੱਛੇ, ਉਹਦਾ ਤਾਂ ਨਾ ਹੀ ਤੂੰ ਕੱਖ ਨਹੀਂ।
ਮਾਸ਼ਾਅੱਲਾ ਬੇਟਾ ਜੀ ਆ ਗਏ ਹੋ ਲੰਡਨ ਤੋਂ ਹਾਂ ਲੰਡਨ ਸੇ ਪਾਕਿਸਤਾਨ ਆ ਗਿਆ ਹੈ ਬੈਠੋ ਪੁੱਤਰ ਜੀ ਬੈਠੋ ਮਾਸ਼ਾਅੱਲਾ ਕਿਹਦਾ ਲੱਗਿਆ ਸਾਡਾ ਪਿਆਰਾ ਪਾਕਿਸਤਾਨ ਬਹੁਤ ਅੱਛਾ ਲੱਗਾ ਪਾਕਿਸਤਾਨ ਬੈਠੋ ਪੁੱਤਰ ਜੀ ਬੈਠੋ ਇਹ ਪਾਕਿਸਤਾਨ ਸੁਆ ਬੈਠਣਾ ਖੜਾ ਹੋ ਕੇ ਬਾਤ ਕਰੋ ਤਾਂ ਖੜਾ ਆ ਕੇ ਪੁੱਤਰ ਇਹ ਪਾਕਿਸਤਾਨੀ ਮੂੜਾ ਕੁਛ ਨਹੀਂ ਆਉਂਦਾ ਬਾਜੋ ਓ ਸੁਸੂ ਮਾਰੇ ਸਾਥ ਬਦਤਮੀਜ਼ੀ ਨਹੀਂ ਕਰਨੀ ਬਦਤਮੀਜ਼ੀ ਨਹੀਂ ਕਰਨੀ ਪਾਕਿਸਤਾਨੀ ਖਾਣਾ ਖਾਦਾ ਕੈਸਾ ਮਜ਼ਾ ਆਇਆ ਮੈਂ ਤੁਹਾਡੀਆਂ ਵਾਲਾ ਫਿਲਮਾਂ ਨਹੀਂ ਵੇਖੀਆਂ ਕਿਆ ਹੁਆ ਹਮਾਰੀ ਫਿਲਮ ਕੋ ਨਾ ਕੋਈ ਲੜਾਈ ਹੁੰਦੀ ਹੈ ਨਾ ਕੋਈ ਗੋਲੀ ਚੱਲਦੀ ਹੈ ਨਾ ਕੋਈ ਮੁੱਕਾ ਵੱਜਦਾ ਪਸੀਨਾ ਹੀ ਆਈ ਜਾਂਦਾ ਓ ਸੂਸੂ ਹਮ ਬੰਦੇ ਸੇ ਮੁਸ਼ਕਤ ਕਰਵਾਤੇ ਹੈ ਓ ਕਿਹੜੀ ਮੁਸ਼ਕਤ ਹੈ ਦੱਸੋ ਚਾਚਾ ਕਿਹੜੀ ਮੁਸ਼ਕਤ ਹੈ ਓ ਸੂਸੂ ਆਰਾਮ ਸੇ ਬੈਠੋ ਕਿਉਂ ਆਪਣੇ ਬੰਦਈ ਕੋ ਛੇੜਦਾ ਹੈ ਇਹ ਤਾਂ ਪਾਕਿਸਤਾਨ ਚ ਆਵੇ ਪਾਕਿਸਤਾਨ ਚ ਰਹਿਣਾ ਬਹਿਣਾ ਸਿੱਖੋ ਛੱਡ ਦਿਓ ਅਮਰੀਕਾ ਦੀ ਜਾਨ ਆਪਣੇ ਸਕੋਲਰੀ ਪੈਦਾ ਕਰੋ ਆਪਣੇ ਮੁਲਕ ਨੂੰ ਤਰੱਕੀ ਯਾਫਤਾ ਕਰੋ ਕੋਈ ਕਿਸੇ ਨੂੰ ਗਲਤਾਂ ਡੰਡੇ ਆ ਕੋਆਂ ਦੇ ਹਿੰਦੂ ਗਲਤ ਨੇ ਕੋਆਂ ਦੇ ਫਲਾਣਾ ਗਲਤ ਤੇ ਗਲਤ ਸੀ ਆਪ ਅਸੀਂ ਆਪਣੇ ਆਪ ਦਾ ਇਤਸਾਬ ਨਹੀਂ ਕਰ ਸਕਦੇ ਛੱਡ ਦਿਓ ਤੇ ਐ ਵੇਖਾਂ ਅੱਛਾ ਕਪੜਾ ਪਹਿਨਾ ਹੋਇਆ ਕੀ ਹੋ ਗਿਆ ਇਹ ਅਦਾਲਤ ਵਾਲਿਆਂ ਹੁਣ ਟੋਕੇ ਕਿਵੇਂ ਆ ਦੇ ਬਾਹਰ ਸੇ ਫਿਰਾ ਕਰੇ ਕਿਉਂਕਿ ਹਨੇਰੀ ਵੀ ਆ ਸਕਦੀ ਹੈ ਆ ਵੇਖੋ ਭਰਾ ਮੇਰੇ ਨੂੰ ਕਿਉਂ ਤੂੰ ਤੇ ਪਵਾਇਆ ਕਰੋ ਬਾਹਰ ਨਿਕਲ ਅੰਦਰ ਲੈ ਜਾ ਜਾਣਾ ਦੇ ਬਾਲਾ ਔਰ ਉਸਕੇ ਸਾਥ ਬਾਤ ਨਹੀਂ ਕਰਨਾ ਉਹ ਸ਼ਹਿਜ਼ਾਦਾ ਹੈ ਹਾਂ ਮੇਰਾ ਪਰਵਾਈਆ ਹੀ ਮੈਂ ਇਹਦੇ ਕੋਲ ਭੈਣ ਮਰਵਾਣੀਆਂ ਔਰ ਅੱਗੇ ਦੱਸ ਜੀ ਸੁਸ ਦੀ ਬਾਤ ਇੱਥੇ ਆ ਗਏ ਹੋ ਸਾਡੇ ਆਪਣਾ ਮੁਲਕ ਦੇ ਵਿੱਚ ਛੱਡ ਦੇ ਅਮਰੀਕਾ ਦੀ ਜਾਨ ਉੱਥੇ ਅਮਰੀਕਾ ਦੇ ਵਿੱਚ ਤੇ ਬਰਫ ਪੈਂਦੀ ਏ ਉੱਥੇ ਤੇ ਪੈਪਾਂ 'ਚ ਪਾਣੀ ਜੰਮ ਜਾਂਦਾ ਪਿਆਰਾ ਪਾਕਿਸਤਾਨ ਜਿੰਨੀ ਮਰਜ਼ੀ ਕੱਕਰ ਪੈਂਦਾ ਹੋਵੇ ਬਰਫ ਪੈਂਦੀ ਹੋਵੇ ਪਾਣੀ ਫਰ ਫਰ ਪੈਪਾਂ 'ਚ ਨਿਕਲਦਾ ਹਾਂ ਜੀ ਭਾਵੇਂ ਟੂਟੀ ਘੁੱਟ ਕੇ ਕੱਸ ਦਿਓ ਟੂਟੀ ਦੇ ਉੱਤੇ ਤਿੰਨ ਇੱਟਾਂ ਰੱਖ ਦਿਓ ਫਿਰ ਵੀ ਹਲਕਾ ਹਲਕਾ ਟਿਪ 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 ਓ ਸੁਸੂ ਇਸੀਏ ਤੋਂ ਹਮ ਪਾਕਿਸਤਾਨ ਨਹੀਂ ਆਤਾ ਨਾ ਕਿਉਂਕਿ ਆਪਕਾ ਪੈਪ ਲੀਕ ਹੋਤਾ ਹੈ ਇਹ ਪੈਪ ਨਾ ਨਾ ਲੀਕ ਹੋਵੇ ਜਾਂ ਤੇ ਪਿੱਛੋਂ ਮੋਟਰ ਗਰਮ ਹੋ ਜਾਂਦੀ ਹੈ ਓ ਸੁਸੂ ਆ ਮੋਟਰ ਤੇ ਕੰਮ ਕਿਉਂ ਲੇਤਾ ਹੈ ਹਾਂ ਪਾਣੀ ਨਹੀਂ ਕੱਢਣਾ ਹੁੰਦਾ ਫਿਕਰ ਯੇ ਫਿੰਗਰ ਪਰ ਕਿਆ ਹੋਤਾ ਮੈਂ ਜੁਮੇ ਦਿਨ ਦੋ ਕਮੀਆਂ ਬਣਵਾਈਆਂ ਨੇ ਓ ਠੀਕ ਹੈ ਤਮੀਜ਼ ਸੇ ਬਾਤ ਕਰੋ ਬੁੱਢਾ ਮੈਂ ਤਮੀਜ਼ ਤੇ ਮੈਂ ਹਮ ਤੁਹਾਡੀ ਬਹੂ ਹੈ ਇੱਥੇ ਪਾਸ ਆਓ ਪਿੱਛੇ ਹਟ ਕੇ ਬਾਤ ਕਰੋ ਹਲੇ ਬਹੂ ਹਲੇ ਕਮੀ ਕਮੀ ਬਦਬੂ ਆ ਰਹੀ ਹੈ ਬਦਬੂ ਤੇ ਤੂੰ ਕਿਹੜਾ ਖੁਸ਼ਬੂ ਵਾਲਾ ਖਸਮ ਆ ਗਿਆ ਇਹ ਮੇਰਾ ਮੁੰਡਾ ਹੀ ਉਹ ਹਮਾਰਾ ਖਸਮਾ ਹੈ ਖਸਮਾ ਬੜਾ ਤਮੀਜ਼ ਵਾਲਾ ਹੈ ਜਾਨ ਨਹੀਂ ਖਸਮਾਂ ਨੂੰ ਖਾਣੀ ਏ ਭਾਈ ਕੀ ਗੱਲ ਪੁੱਤਰ ਜੀ ਕੌਣ ਸੀ ਇਹ ਕੋਈ ਆਪਣਾ ਕੋਈ ਆਪਣਾ ਇਹ ਬਦੂਰੀ ਟਕਸ਼ਰ ਨਹੀਂ ਸੀ ਇਹ ਤੁਹਾਡੀ ਭਰਜਾਈ ਸੀ ਪੁੱਤਰ ਜੀ ਅੱਛਾ ਕੋਈ ਨਾ ਕੁਬਰ ਦੀ ਬੁੱਢੀ ਅੰਦਰ ਜਾਓ ਅੰਦਰ ਥੱਲੀ ਪੁੱਤਰ ਮੇਰੀ ਹੁਣ ਕਮਰੇ 'ਚ ਲਾਸ਼ ਕੱਢਣੀ ਪੱਤੇ ਇੱਥੇ ਕਦੀ ਭੁਆ ਨਾ ਆ ਜਾਵੇ ਨਾ ਮਾਜੇ ਪਹਿਲ ਆਪਣਾ ਸ਼ਦਾਦੇ ਮਾਜਾ ਪਹਿਲਵਾਨ ਅੱਜ ਤੇ ਮੂੰਹ ਦੀ ਮੁਰਾਦ ਪੂਰੀ ਹੋ ਗਈ ਤੇਰਾ ਨਾਂ ਲਿਆ ਇਸ ਕਮਰੇ ਦੇ ਵਿੱਚ ਮੇਰੀ ਅੰਮੀ ਮੇਰਾ ਅੱਬੂ ਤੇ ਇੱਕ ਪ੍ਰਾਹੁਣਾ ਹੀ ਅੱਜ ਤੇ ਮੇਰੀ ਵਾਰੀ ਸੀ ਆਪਾਂ ਤੇਰੇ ਬਿਨੇ ਤੇ ਗੱਲਬਾਤ ਕਰਨੀ ਆ ਕੀ ਹੈ ਅੱਛਾ ਆਪਾ ਜੀ ਸਲਾਤੇ ਸਲਾਮ ਅਸਲਾਮ ਅਲੈਕੁਮ ਪਿਆਰੇ ਬੱਚੋ ਵਾਲੇਕੁਮ ਨਹੀਂ ਕਹਤੇ ਵਾਲੇਕੁਮ ਸਲਾਮ ਪੂਰਾ ਕਹਤੇ ਪਿਆਰੇ ਬੱਚੋ ਆਜ ਹਮ ਮਸ਼ਕ ਨੰਬਰ 22 ਪੜ੍ਹੇਂਗੇ ਅੱਛਾ ਮੇਰੀ ਗੱਲ ਸੁਣੋ ਆਓ ਤੁਸੀਂ ਬਦਮਾਸ਼ੀ ਛੱਡ ਕੇ ਨਾ ਹਾਂ ਤੇ ਚੂੜੀਆਂ ਪਾ ਕੇ ਕਿਸੇ ਦਾ ਘਰ ਵਸਾਓ ਤੇ ਡਾਕਟਰ ਕੋ ਜਾ ਕੇ ਵਿਹਲੇ ਵਾਲੇ ਪਤਾ ਕਰੋ ਕਿ ਕਿੰਨਾ ਮਹੀਨਾ ਹੈ ਅੱਠਵਾਂ ਕਿਹੜਾ ਮਹੀਨਾ ਆਰਾਮ ਨਾਲ ਖਿਆਲ ਕਰੋ ਸ਼ਰਾਦੀਏ ਦਰਾਈ ਕਿੱਧਰ ਹੈ ਸ਼ਰਾਦੀ ਕਿਹਨੇ ਫੋਨ ਕੀਤੇ ਨੇ
ਮੈਡਮ ਨੂੰ ਵੀ ਕਿਸੇ ਨੇ ਦੱਸ ਵਨ ਬਾਈ ਵਨ ਆਦ ਕਿਨੇ ਫੋਨ ਕੀਤੇ ਨੇ ਕੀ ਹੋਇਆ ਅਸੀਂ ਰਾਤ ਨੂੰ ਫੋਨ ਬੰਦ ਕਰ ਦਿੱਤਾ ਉਹ ਤੇਰੀ ਭੈਣ ਦੇ ਯਾਰ ਫੇਰ ਮੇਰੇ ਘਰ ਆ ਕੇ ਬੈਠੇ ਨੇ ਅੱਜ ਉਧਰ ਚਲੇ ਗਏ 8 ਦੀ 8 ਮੇਰੇ ਘਰ ਤੇ ਕਬਜ਼ਾ ਕਰਕੇ ਬੈਠੇ ਨੇ ਆ ਸ਼ਹਿਜ਼ਾਦੀਆ ਤੂੰ ਫਿਕਰ ਨਾ ਕਰ ਰਿਹਾ ਅੱਜ ਤੋਂ ਬਾਅਦ ਤੂੰ ਜਾਣਾ ਨਹੀਂ ਇੱਥੇ ਰਹਿਣਾ ਇੱਥੇ ਹਾਂ ਨਾ ਅਸੀਂ ਕਤਲ ਕਰਾਂਗੇ ਸਵਾਲ ਹੀ ਨਹੀਂ ਪੈਦਾ ਸੁਣਦਾ ਕਿ ਮੈਂ ਇੱਥੇ ਰਵਾਂ ਕਿਉਂ ਹੋਇਆ ਕੀ ਹੋਇਆ ਕੀ ਹੈ ਹਾਂ ਉਹ ਕਹਿੰਦੇ ਨੇ ਅਸੀਂ ਇਹ ਘਰ ਨਹੀਂ ਛੱਡਣਾ ਸ਼ਹਿਜ਼ਾਦੀਏ ਨਾ ਛੱਡਣਾ ਅਸੀਂ ਛੁਡਵਾਵਾਂਗੇ ਕਤਲ ਕਰ ਦੇਵਾਂਗੇ ਇੰਜ